ਬਾਜੀ ਨੇ ਤਾਂ ਕਦੀ ਵੀ ਨਹੀਂ ਕਿਹਾ ਵਾ ਤੁਸੀਂ ਆਏ ਵੀਰੇ, ਰੋਜ਼ ਤੇਰੇ ਕੋਲ 4 ਕਿਲੋ ਦੁੱਧ ਲਈਦਾ, ਕੱਲ੍ਹ ਵੀ ਕਾਢ ਕਾਢ ਕੇ ਮਰ ਗਿਆ, ਉੱਤੇ ਮਲਾਈ ਨਹੀਂ ਆਈ। ਅਤੇ ਮਲਾਈ ਬਾਜ਼ਾਰੋਂ ਮੁੱਲ ਵੀ ਮਿਲਦੀ ਆ, ਉਹ ਲੈ ਲਓ, ਅਸੀਂ ਤੈਨੂੰ ਕਾਹਦੇ ਪੈਸੇ ਦੇ। ਅਮਾਨਕ ਪਰਸੋਂ ਸਾਡੇ ਬਿੱਲੀ ਦੁੱਧ ਪੀ ਕੇ ਗਏ, ਉਹ ਸਾਡੇ ਲਾਮਾ ਦੇਂਦੇ ਸੀ, ਕਿਹਦੇ ਕੋਲ ਲੈਂਦੇ ਹੋ ਦੁੱਧ? ਤੁਹਾਡੇ 'ਤੇ ਬਿੱਲੀ ਨੇ FIR ਕਟਾ ਦਿੱਤੀ ਹੈ, ਦੁੱਧ ਚੰਗਾ ਨਹੀਂ ਸੀ। ਹੁਣ ਤਾਂ ਇਹ ਦੁਨੀਆ ਇੰਨੀ ਤਰੱਕੀ ਕਰ ਗਈ, ਤੂੰ ਅਜੇ ਵੀ ਨਾਗਾ ਪਾਉਣਾ ਵਾ ਜਾਂ ਦੁੱਧ ਪਾਉਣਾ ਵਾ? ਨਹੀਂ ਅੱਜ ਨਾਗਾ ਹੀ ਰਹਿਣ ਦੇ। ਹੈਂਜੀ, ਅੱਜ ਮੈਂ ਤੈਨੂੰ ਇੱਥੇ ਲੰਮੇ ਪਾਉਣਾ। ਕਿੱਦਾਂ ਲੰਮੇ ਪਾਉਣਾ ਵਾ? ਟੀ ਟ੍ਰੀ ਮੱਡ ਮਾਸਕ, ਨਾਜ਼ਰੀਨ ਹੈ, ਤੁਸੀਂ ਪੜ੍ਹ ਸਕਦੇ ਹੋ ਟੀ ਟ੍ਰੀ ਮੱਡ ਮਾਸਕ। ਸਾਹ ਜੀ ਤੁਸੀਂ ਉੱਥੇ ਜਾਂਦੇ ਨਹੀਂ? ਅੱਛਾ ਅੱਛਾ, ਜਦੋਂ ਬੰਦਾ ਅਫੀਸ਼ੀਅਲ ਕਰਾਉਂਦਾ ਉਹ ਮਾਸਕ ਵੀ ਲਾਉਂਦੇ? ਹਾਂ, ਉਹ ਬਲੈਕ ਜਿਹਾ ਤੁਸੀਂ ਨਹੀਂ ਲਵਾਉਂਦੇ? ਮਾਸਕ ਹੁੰਦਾ ਨਾ ਮਾਸਕ, ਮਾਸਕ ਉਹ ਇਸ ਤਰ੍ਹਾਂ ਕਰਕੇ ਖਿੱਚਦੇ ਹੋ ਅਤੇ ਫਿਰ ਉਹ ਜੋ ਪਿੰਪਲ ਅਤੇ ਜੋ ਡਸਟ ਡੁਸਟ ਸਾਰੀ। ਉਹ ਸਿਆਣੇ ਉਹ ਵੀ ਕਹਿੰਦੇ ਹੁੰਦੇ ਨੇ ਨਾ, ਹੱਡੀਆਂ ਨਾਲ ਉਹ ਮਾਸਕ ਨਹੀਂ ਉਹ ਲੈਦਾ ਹੋ ਸਕਦਾ। ਉਹ ਯਾਰ ਉਹ ਮਾਸ ਹੁੰਦਾ ਵਾ, ਉਹ ਮਾਸਕ ਇਹ ਹੈ, ਮਤਲਬ ਮਾਸ ਵਾਸਤੇ ਇਹ ਮਾਸਕ ਆ। ਆਹੋ, ਇਹ ਨਾਜ਼ਰੀਨ ਬਹੁਤ ਅੱਛੀ ਚੀਜ਼ ਆ, ਜਦੋਂ ਮੱਖੀਆਂ ਗੋਗੇ ਤੇਰਾ ਕਰਕੇ ਆਉਣ ਗਰਦੋ ਗਬਾਰ ਵਾਸਤੇ, ਅਤੇ ਜਿਹੜਾ ਬਾਹਰ ਅੰਦਰ ਬੰਦਾ ਜਾਂਦਾ ਵਾ ਮਾਸਕ। ਮੇਰੇ 'ਤੇ ਮੱਖੀ ਬੈਠੀ ਨਾ ਅਤੇ ਮੈਂ ਇੱਥੇ ਲਿਖ ਦੇਣਾ ਗੋਗਾ ਇੱਧਰ ਹੈ। ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ। ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ। ਹਾਂਜੀ, ਸਲਾਮ ਅਲੈਕੁਮ ਭਾਜੀ। ਅਸਲਾਮ। ਭਾਂਡਾ ਲਿਆਓ ਭਾਜੀ, ਚੌਲ ਵੰਡਣ ਲੱਗਾ। ਭਾਂਡਾ ਗਿਆ ਅੱਗੇ ਤਾਂ ਸ਼ੋਪਰ 'ਚ ਦੇਣਾ, ਅਤੇ ਅੱਜ ਭਾਂਡਾ ਮੰਗ ਰਿਹਾ। ਆਹੋ ਭਾਈ, ਇਹਦਾ ਛਾਪਰ ਡਿੱਗ ਪਿਆ ਰਾਛ ਨਾ। ਚੱਲ, ਦੁੱਧ ਨਹੀਂ ਡਿੱਗਿਆ, ਛਾਪਰ ਡਿੱਗ ਪਿਆ ਤੇਰੇ। ਨਹੀਂ, ਉਹ ਰਸਤੇ 'ਚ ਨਾ ਕਿਤੇ ਅਛਾਲ ਪਿਆ ਵਾ ਅਤੇ ਉਹ ਡਿੱਗ ਡੁੱਗ ਪਏ, ਉਹਦੀ ਕੋਈ ਆਵਾਜ਼ ਆਉਣੀ ਆ, ਉਹ ਕਿਹੜਾ ਕੋਈ ਕੱਚ ਦਾ ਸੀ, ਮੈਨੂੰ ਪਤਾ ਲੱਗ ਜਾਂਦਾ ਤਾਂ ਮੈਂ ਚੁੱਕ ਲੈਣਾ। ਤੁਸੀਂ ਭਾਂਡਾ ਲੈ ਆਓ ਅੱਜ, ਕੋਈ ਨਹੀਂ, ਕੋਈ ਸ਼ੁਕਰ ਆ ਅੱਜ ਮੈਂ ਘਰ ਆ, ਮੇਲੀ ਪਿਆ ਵਾਂ, ਦੁੱਧ ਦਾ ਲਾਮਾ ਆਇਆ। ਗਲ ਪੈ ਗਿਆ ਦੁੱਧ ਤੁਹਾਡੇ? ਨਹੀਂ, ਦੁੱਧ ਕੋਈ ਸਹੀ ਨਹੀਂ ਆ ਰਿਹਾ ਭਾਜੀ। ਦੁੱਧ ਭਾਜੀ ਸਹੀ ਆਉਂਦਾ ਵਾ, ਹੁਣ ਜੋ ਚੱਲਦਾ ਵਾ ਅਸੀਂ ਪਸ਼ੂਆਂ ਨੂੰ ਉਹ ਹੀ ਪਾਉਂਦੇ ਹਾਂ। ਨਹੀਂ, ਦੁੱਧ 'ਚ ਕੀ ਪਾਉਂਦੇ ਹੋ? ਦੁੱਧ 'ਚ ਕੀ, ਦੁੱਧ 'ਚ ਤਾਂ ਮਾਸ਼ਾਅੱਲਾ ਸਾਡਾ ਨਿੱਗਰ ਹੁੰਦਾ ਵਾ, ਉੱਥੇ ਤਾਂ ਭਾਵੇਂ ਕਾਨਾ ਖੜਾ ਕਰ ਲਓ ਅਤੇ ਉਹ ਨਹੀਂ ਜਾ ਸਕਦਾ ਕਿਸੇ ਪਾਸੇ। ਨਹੀਂ, ਆਹ ਤਾਂ ਵੱਡਾ ਗੜਬਾ, ਅਤੇ ਨਾਲ ਵੀ ਇਹਦੇ ਬੱਚੇ ਟੰਗੇ ਤੂੰ, ਆਹ ਜਿਹੜੇ। ਨਹੀਂ, ਇਹ ਥੋੜ੍ਹਾ ਥੋੜ੍ਹਾ ਹੁੰਦਾ ਵਾ, 5 ਕਿਲੋ ਵਾਲੀ ਆ। ਨਹੀਂ ਤਾਂ ਦੁੱਧ ਦਾ ਭਾਜੀ, ਬਾਜੀ ਨੂੰ ਮੈਂ, ਬਾਜੀ ਨੇ ਤਾਂ ਕਦੀ ਵੀ ਨਹੀਂ ਕਿਹਾ ਵਾ ਤੁਸੀਂ ਆਏ। ਵੀਰੇ, ਰੋਜ਼ ਤੇਰੇ ਕੋਲ 4 ਕਿਲੋ ਦੁੱਧ ਲਈਦਾ, ਕੱਲ੍ਹ ਵੀ ਕਾਢ ਕਾਢ ਕੇ ਮਰ ਗਿਆ, ਉੱਤੇ ਮਲਾਈ ਨਹੀਂ ਆਈ। ਅਤੇ ਮਲਾਈ ਬਾਜ਼ਾਰੋਂ ਮੁੱਲ ਵੀ ਮਿਲਦੀ ਆ, ਉਹ ਲੈ ਲਓ, ਅਸੀਂ ਤੈਨੂੰ ਕਾਹਦੇ ਪੈਸੇ ਦਿੰਦੇ ਹਾਂ? ਮਲਾਈ ਦੇ ਲਹਿਦਾ ਲੈਣੇ ਤੂੰ? ਨਹੀਂ, ਮਲਾਈ ਦੇ ਲਹਿਦਾ ਵਾ ਵੀ ਉਹਨੂੰ ਤੁਸੀਂ ਹਲਕੀ ਅੱਗ 'ਤੇ ਤੁਸੀਂ ਲਾਓ ਅਤੇ ਆਪ ਹੀ ਮਲਾਈ ਆਉਣੀ, ਤੁਸੀਂ ਤੇਜ਼ ਕਰਦੇ ਹੋਣੇ ਵਾਲੇ ਦਵਾ ਕੇ, ਅਤੇ ਉੱਧਰ ਕਿੱਦਾਂ ਆਉਣੀ ਹੈ ਮਲਾਈ? ਤੇਜ਼ ਕਿਤੇ ਅਸੀਂ 120 ਤਾਂ ਕਰ ਦਿੰਦੇ ਦੁੱਧ ਨੂੰ, ਤੇਜ਼ ਕੀ ਕਰ ਦਿੰਦੇ ਭਾਜੀ? ਹਲਕੀ ਜਿਹੀ ਅੱਗ 'ਤੇ ਤੁਸੀਂ ਰੱਖੋ ਨਾ ਦੁੱਧ ਨੂੰ, ਅਤੇ ਦੁੱਧ 'ਤੇ ਸਾਡਾ ਸੋਨੇ ਵਰਗਾ ਹੁੰਦਾ ਸੋਨ। ਨਹੀਂ, ਤੂੰ ਕਹਿੰਦਾ 3-4 ਕਿਸਮ ਦੇ ਮੇਰੇ ਕੋਲ ਦੁੱਧ ਆ ਜੀ, ਇੱਕ 120 ਵਾਲਾ ਵਾ, ਇੱਕ 30 ਵਾਲਾ, ਇੱਕ ਉਹ ਕੀ ਹਿਸਾਬ? ਦੇਖੋ ਜੀ, ਦੁੱਧ ਦੀਆਂ ਵਾ ਆਪਣੀਆਂ ਆਪਣੀਆਂ ਕੁਆਲਿਟੀਆਂ। ਅੱਛਾ, ਸਮਝਦਾ, 120 ਵਾਲਾ ਵੀ ਸਾਡੇ ਕੋਲ ਹੈਗਾ, 130 ਵਾਲਾ, 170 ਤੱਕ ਜੋ ਦੁੱਧ ਜਾਂਦਾ ਹੈ ਸਾਡਾ। ਉਹ ਯਾਰ, ਇੰਨੀਆਂ ਵਰਾਇਟੀਆਂ, ਕੋਈ ਡਿਜ਼ਾਇਨ ਆ ਦੁੱਧ ਦੇ ਵਿੱਚ? ਦੁੱਧ ਤਾਂ ਇੱਕੋ ਹੀ ਹੁੰਦਾ, ਖੁਦਾ ਦਾ ਨੂਰ ਆ।
ਇੱਕ ਪਾਣੀ ਵਾਲਾ ਵਾ ਅਤੇ ਇੱਕ ਖਰੇ ਮਤਲਬ ਕੈਮੀਕਲ ਵਾਲਾ। ਕੈਮੀਕਲ ਵਾਲਾ ਨਹੀਂ ਹੁੰਦਾ, ਇਹ ਆ ਵੀ ਵਿੱਚ ਜਿਹੜਾ ਅਸੀਂ ਗਾਵਾਂ ਦਾ ਵਿੱਚ ਮਿਕਸ ਹੁੰਦਾ ਨਾ, ਉਹ ਲੋਕ ਗਾਵਾਂ ਦਾ ਵੀ ਕਹਿੰਦੇ ਆ ਵੀ ਕੋਈ ਗੱਲ ਨਹੀਂ, ਮੱਝ ਗਾਂ ਦਾ ਇਕੱਠਾ ਵੀ ਲੱਭ ਜਾਏ ਤਾਂ ਖੈਰ ਆ। ਨਹੀਂ ਦੇਖੋ ਗਾਂ ਦਾ ਹੋਵੇ ਜਾਂ ਜਿਹੜਾ ਮਰਜ਼ੀ ਵਾ, ਕੱਲ੍ਹ ਵੀ ਦੁੱਧ 'ਚੋਂ ਡੱਡੂ ਨਿਕਲਿਆ ਵੀਰੇ। ਹੈ ਜੀ ਹਾਂ ਭਾਅ ਜੀ, 20 ਸਾਲ ਹੋ ਗਿਆ ਸਾਨੂੰ ਆ ਦੁੱਧ ਪਾਉਂਦੇ ਨੇ, ਹਾਂ ਸਾਡਾ ਤਾਂ ਕਦੀ ਕੱਖ ਵੀ ਨਹੀਂ ਨਿਕਲਿਆ ਇਹਦੇ 'ਚੋਂ। ਆ ਤੁਸੀਂ ਤਾਂ ਖੁਸ਼ਕਿਸਮਤ ਹੋ ਕੀ ਪਿਤਾ ਦਾ ਡੱਡੂ ਨਿਕਲਾ ਆ। ਮਰੇ ਡੱਡੂ ਨਿਕਲਾ, ਮੇਰਾ 1-2-5 ਨਿਕਲਾ ਆ, ਮੈਂ ਤਾਂ ਸਗੋਂ ਤੁਹਾਨੂੰ ਲਾਮਾ ਦੇ ਰਿਹਾ। ਉਹ ਲਾਮੇ ਦੀ ਗੱਲ ਨਹੀਂ ਭਾਅ ਜੀ, ਜਿੰਨਾ ਕੁ ਤੁਹਾਨੂੰ ਨਾ ਸਾਰੇ ਸੱਲੀ ਟੋਣ ਨਾਲੋਂ। ਮੱਝਾਂ ਤੇਰੀਆਂ ਆਪਣੀਆਂ? ਹਾਂਜੀ ਆਪਣੀਆਂ। ਮੱਝਾਂ ਪਿੰਡ 'ਚੋਂ ਇਕੱਠਾ ਕਰਦਾ ਦੁੱਧ? ਨਹੀਂ ਨਹੀਂ, ਮੱਝਾਂ ਆਪਣੀਆਂ ਰੱਖੀਆਂ ਵਾ ਅਸੀਂ ਤੇ ਆਪ ਚੁਆਵਾਂ ਦੁੱਧ ਲਿਆਉਂਦਾ। ਮੈਂ ਤੇਰੇ ਡਰ ਤੋਂ ਪਤਲਾ ਦੁੱਧ ਦੇ ਰਹੀਆਂ ਫਿਰ? ਪਤਲਾ ਨਹੀਂ ਹੁੰਦਾ ਮੈਂ ਤੁਹਾਨੂੰ ਭਾਅ ਜੀ, ਪਾਣੀ ਵਾਲਾ ਦੁੱਧ ਵੀਰੇ ਮਤਲਬ ਸਮੈਲ ਆਉਂਦੀ ਦੁੱਧ 'ਚੋਂ, ਕੋਈ ਟੀਕੇ ਟੂਕੇ ਲਾ ਕੇ ਤਾਂ ਨਹੀਂ ਚੂ ਤੂੰ? ਭਾਅ ਜੀ ਆ ਮੈਂ ਤੁਹਾਨੂੰ ਸੁਣੇਨਾ, ਤੇਰਾ ਕਿਲੋ ਵੀ ਛੋਟਾ ਵੀਰੇ ਆ ਜਿਹੜਾ, ਇਹ ਕਿੰਨੇ ਦਾ ਵਾ ਆ ਡੱਬਾ? ਤੁਸੀਂ ਮੁੱਲ ਲੈਣਾ ਵਾ, ਤੁਸੀਂ ਦੁੱਧ ਚੈੱਕ ਕਰੋ। ਦੁੱਧ ਕੀ ਚੈੱਕ ਕਰਨਾ? ਮੈਂ ਲੈਬਾਰਟਰੀ ਹਾਂ ਵੀ ਚੈੱਕ ਕਰਨਾ, ਪਿੱਛੋਂ ਚੈੱਕ ਨਹੀਂ ਕਰਦੇ? ਆ ਪੀ ਕੇ ਦੇਖੋ, ਆ ਮੱਖਣ ਲੰਘੇ ਆ ਨਾ ਅੰਦਰ। ਇਹ ਜਿਹੜਾ ਵਧੀਆ ਨਾ ਤੂੰ ਲੈ ਤਾਂ ਰੱਖਿਆ ਚੈੱਕ ਕਰਾਉਣ ਲਈ, ਬਾਕੀ ਸਾਰੇ ਜਿਹੜੇ ਨੇ ਨਾ ਉਹ ਵੇਚਣ ਲਈ ਆ। ਭਾਅ ਜੀ ਸਾਰਾ ਇੱਕੋ ਹੀ ਦੁੱਧ ਹੁੰਦਾ ਵਾ, ਲੈਦਾ ਮੈਂ ਕਿਹੜਾ ਕਿਤੇ ਇਹਦੇ 'ਚੋਂ ਤੁਹਾਨੂੰ ਰੋਜ਼ ਇਹਦੇ 'ਚੋਂ ਦਿੰਦਾ ਮੈਂ ਤੁਹਾਨੂੰ। ਤੂੰ ਕਰੀਮ ਕੱਢ ਲੈਂਦੇ ਇਹਦੇ 'ਚੋਂ ਕੀ ਆ ਰਸਤੇ 'ਚ, ਕੀ ਚੱਕਰ ਆ? ਦੁੱਧ ਨਹੀਂ ਸਹੀ ਆ ਰਿਹਾ? ਨਹੀਂ ਨਹੀਂ ਦੁੱਧ ਸਹੀ ਆ ਰਿਹਾ, ਆ ਵੀ ਪੀਆ ਕਰਨਾ, ਵੇਚੀ ਨਾ ਨਾ ਜਾ। ਦੁੱਧ ਸਹੀ ਆ ਰਿਹਾ ਵਾ, ਲੇਕਿਨ ਇਹ ਆ ਵੀ ਮਾਲ ਪਸ਼ੂ ਸਾਡਾ ਤੁਹਾਨੂੰ ਪਤਾ ਸਲਾਬ ਆਏ ਸੀ ਪਿੱਛੇ, ਮਾਲ ਸਾਡਾ ਨਾ ਬਹੁਤ ਸਾਰਾ ਰੁੜ ਗਿਆ। ਉਹ ਤਾਂ ਪੂਰੇ ਪਾਕਿਸਤਾਨ 'ਚ ਹੀ ਆਇਆ ਵਾ। ਹਾਂਜੀ ਉਹੀ ਮੈਂ ਸਮਝਿਆ ਤੈਨੂੰ, ਇਹ ਦੱਸਣਾ ਸੀ ਕਿ ਉਹ ਵਿੱਚੋਂ ਨਾ ਕਮੀਜ਼ਾਂ ਨਿਕਲੀਆਂ, ਇੱਕ ਜੁੱਤੀ ਵੀ ਨਿਕਲੀ ਹੈ। ਹਾਂਜੀ ਸਲਾਬ ਵਾਲਾ ਪਾਣੀ ਪਾਇਆ ਹੋਣਾ ਵਿੱਚ ਯਾਰ। ਦੁੱਧ ਪਾਉਂਦਾ ਵਾ ਕਿਹੜਾ ਮੈਂ ਤੁਹਾਡਾ ਰਾਵੀ ਵਾਲਾ, ਸਿੱਧਾ ਤੁਹਾਨੂੰ ਐਨੂੰ ਰਾਵੀ ਤੋੜਤੀ ਆ ਵੀ ਲਓ ਜੀ, ਕਿਉਂਕਿ ਸਲਾਬ 'ਚੋਂ ਨਿਕਲਿਆ ਤੁਹਾਡੇ ਵੀ ਉਹ ਸਲਾਬ ਵਾਲਾ ਪਾਣੀ ਤੂੰ ਕਿਤੇ ਪਾ ਲਿਆ ਵਿੱਚ, ਭਾਜੀ ਨਹਿਰ ਜੁੱਗਿਆ ਵੀ ਚਲੋ ਇਹ ਵੀ ਇੱਦਾਂ ਹੀ ਸੁੱਕਣਾ ਵਾ। ਨਹਿਰ ਜਿਹੜੀ ਆਉਂਦੀ ਨਾ ਰਸਤੇ 'ਚ, ਉਹ ਅਸੀਂ ਖਾਲੀ ਨਹਿਰੋਂ ਨਹਿਰ ਹੀ ਆਉਂਦਾ, ਉਹ ਖਾਲੀ ਭਾਂਡੇ ਧੋਈਦੇ ਆ ਭਾਅ ਉਹਦੇ 'ਚ। ਹਾਂ ਖਾਲੀ ਭਾਂਡੇ, ਹਾਂ ਤਾਂ ਕੀ ਇਹਦੇ 'ਚ ਕਿਹੜੀ ਗੱਲ ਆ ਜੀ, ਖਾਲੀ ਭਾਂਡੇ ਧੋਣੇ ਨਹੀਂ ਗੇ, ਘਰ ਜਾ ਕੇ ਧੋ, ਤੂੰ ਨਹਿਰ 'ਤੇ ਧੋਣ ਲੱਗ ਪਿਆ। ਨਹੀਂ ਨਹਿਰ 'ਤੇ ਨਹੀਂ, ਉਹ ਹੁੰਦੇ ਆ ਵੀ ਰਸਤੇ ਦੇ ਵਿੱਚ ਨਹਿਰ ਪੈਂਦੀ ਆ ਅਤੇ ਬੰਦਾ ਧੋ ਲੈਂਦਾ ਵਾ। ਤੂੰ ਵੀਰੇ ਸਾਡੇ ਕੋਲੋਂ ਪੈਸੇ ਜ਼ਿਆਦਾ ਲੈ, ਲੇਕਿਨ ਦੁੱਧ ਸਹੀ ਦੇ। ਸੁਣਿਆ ਇੱਕ ਮੱਝ ਦਾ ਕੱਟਾ ਮਰ ਗਿਆ ਤੈਨੂੰ ਵਹਾ ਕੇ, ਮੱਝ ਹੋਈ ਹੈ, ਸਹੀ ਗੱਲ ਹੈ? ਨਹੀਂ ਤੁਸੀਂ ਹੁਣ ਐਵੇਂ ਮਖੌਲ ਕਰਨ ਡਿਓ, ਸਾਰੇ ਸੱਲੀ ਟੋਣ ਨਾਲੋਂ ਮੈਂ ਦੁੱਧ ਜਿਹੜਾ ਨਾ ਅੱਛਾ ਦੁੱਧ ਜਿਹੜਾ ਖਾਲਸਾ ਉਹ ਤੁਹਾਨੂੰ ਪਾ ਕੇ ਜਾਣਾ। ਉਹ ਖਾਲਸ ਕਾਹਦਾ ਭਾਅ ਜੀ, ਇਹਦੇ 'ਚ ਕੋਈ ਹੋਰ ਆ, ਤੂੰ ਉਹਦਾ ਹੋਰ ਰੇਟ ਦੱਸ ਰਿਹਾ, ਇਹਦਾ ਕੁਛ ਹੋਰ ਦੱਸ ਰਿਹਾ, ਉਹਦਾ ਹੋਰ ਦੱਸ ਰਿਹਾ। ਉਹ ਮੁਖਤਲਿਫ ਰੇਟ ਤਾਂ ਹੁੰਦੇ ਨਾ ਭਾਅ ਜੀ, ਲੋਕ ਨਾ ਅਸਲ ਦੇ ਵਿੱਚ ਨਾ ਪੈਸੇ ਨਹੀਂ ਖਰਚਦੇ। ਬਰਫ਼ ਵੀ ਪਾਉਣਾ ਵਿੱਚ? ਨਹੀਂ ਬਰਫ਼ ਤਾਂ ਪਾਈ ਦੀ ਆ ਵੀ ਜਰਾ ਫੁੱਟ ਨਾ ਜਾਏ, ਗੈਸ ਹੋ ਜਾਂਦੀ ਹੈ ਨਾ ਦੋਨੋਂ। ਕਿਹਨੂੰ? ਦੁੱਧ ਨੂੰ। ਨਹੀਂ ਉਹ ਗਰਮੀ ਦਾ ਕਰਕੇ ਪਾਉਂਦੇ? ਗਰਮੀ ਦਾ ਕਰਕੇ ਪਾਉਂਦੇ ਆ। ਔਰ ਮੈਂ ਆਹ ਜਿਹੜਾ ਮੱਗਾ ਨਾ ਪਾਈਏ 'ਚ 10 ਕਿਲੋ ਦੁੱਧ ਹੋਵੇ ਨਾ, ਤੇ ਜਿੰਨੀ ਦੇਰ 10 ਕਿਲੋ ਬਰਫ਼ ਨਾ ਨਾ ਪਾਈਏ ਤੇ ਗੁਜ਼ਾਰਾ ਨਹੀਂ ਹੁੰਦਾ, ਉਹ ਨਾ ਹਟਦਾ ਨਹੀਂ ਗਾ ਦੁੱਧ, ਫਿਰ ਸੀਕ ਨਹੀਂ ਪੈਂਦਾ। 10 ਕਿਲੋ ਦੁੱਧ ਤੇ 10 ਕਿਲੋ ਬਰਫ਼, ਇਹ ਤੇ ਹੋ ਗਿਆ 20 ਕਿਲੋ। ਨਹੀਂ ਨਹੀਂ 20 ਕਿਲੋ ਨਹੀਂ, ਬਰਫ਼ ਕਿੰਨੀ ਕੁ ਛੇਤੀ ਖੁਰ ਜਾਂਦੀ ਆ, ਉਹਦੀ ਖੁਰਦੀ ਨਹੀਂ। ਮਤਲਬ ਤੂੰ ਸਾਨੂੰ ਬਰਫ਼ ਹੀ ਪਿਆ ਰਿਹਾ ਫਿਰ? ਨਹੀਂ ਨਹੀਂ ਉਹ ਠੰਡਕ ਦੇ ਨਾਲ ਨਾ ਗੈਸ ਨਹੀਂ ਚੜ੍ਹਦੀ ਫਿਰ। ਉਹ ਗੈਸ ਤਾਂ ਘਰਾਂ 'ਚ ਨਹੀਂ ਆਉਂਦੀ, ਇੱਥੇ ਕਿੱਥੇ ਆ ਗਈ ਗੈਸ ਯਾਰ? ਤੂੰ ਆਪ ਚੋਣਾ ਮੱਝਾਂ ਇਹਨਾਂ ਹੱਥਾਂ ਨਾਲ, ਇਹਨਾਂ ਹੱਥਾਂ ਨਾਲ ਚੋਣੀਆਂ, ਚੁਆਵੇ ਵੀ ਰੱਖੇ ਆ ਇੱਕ ਦੋ ਆਪਣੇ। ਅੱਜ ਕੱਲ੍ਹ ਮਸ਼ੀਨਾਂ ਵੀ ਨਿਕਲ ਆਈਆਂ ਨਾ, ਉਹ ਲਾ ਦਿਓ ਮੱਝ ਨੂੰ ਤਿਆਰ ਕਰਕੇ। ਉਹ ਤਾਂ ਭਾਅ ਜੀ ਉਹ ਜਿਹੜੇ ਜਿਨ੍ਹਾਂ ਦੀਆਂ ਹੁੰਦੀਆਂ ਨਾ ਵੱਡੀਆਂ, ਹਾਂ ਹਾਂ, ਜਿਹੜੇ ਗਵਾਲੇ ਹੁੰਦੇ ਆ ਜੀ ਜੀ, ਅਤੇ ਜਿਨ੍ਹਾਂ ਨੇ ਫਾਰਮ ਪਾਏ ਆ ਉਹਨਾਂ ਨੇ ਮਸ਼ੀਨਾਂ ਮਸ਼ੂਨਾਂ ਰੱਖਣੀਆਂ, ਉਹਨੇ 5-7 ਡੰਗਰਾਂ ਵਾਸਤੇ ਮਸ਼ੀਨ ਕੀ ਲਿਆਉਣੀਆਂ ਅਸੀਂ। ਚਲੋ ਠੀਕ ਆ ਫਜਰ, ਇੱਧਰ ਆਓ, ਐਵੇਂ ਛੋਟੇ ਛੋਟੇ ਬੱਚੇ ਦੁੱਧ ਪੀਂਦੇ ਆ, ਦੁਆਵਾਂ ਦੇਣਗੇ ਤੈਨੂੰ
ਅਤੇ ਨਾ ਦੁੱਧ ਜ਼ਿਆਦਾ ਪੁੱਤਰ ਸਹੀ ਦਿਆ ਕਰ, ਤੇਰੀ ਮਿਹਰਬਾਨੀ। ਨਹੀਂ ਨਹੀਂ ਦੁੱਧ ਸਹੀ ਪਾਉਂਦੇ ਹਾਂ, ਵੇਖੋ ਆਹ ਕੁੜੀ ਜਦੋਂ ਮੈਂ ਦੁੱਧ ਸ਼ੁਰੂ ਕੀਤਾ ਸੀ ਤਾਂ ਮੂੰਹ ਇੱਦਾਂ ਦਾ ਹੈ ਹੀ ਨਹੀਂ, ਵੇਖੋ ਮੇਰੇ ਦੁੱਧ ਨਾਲ ਹੀ ਇਹ ਸੈੱਟ ਹੋਈ ਹੈ। ਬਹੁਤ ਅੱਛੇ ਜੀ, ਉਹ ਇਹ ਤਾਂ ਇਹਨੇ ਤਾਂ ਪੀਤਾ ਹੀ ਨਹੀਂ, ਤਾਂ ਡੱਬੇ ਦਾ ਦੁੱਧ ਪਿਆਈਦਾ, ਡਾਕਟਰ ਨੇ ਤਾਂ ਇਹ ਦੁੱਧ ਮਨਾ ਕੀਤਾ ਇਹਨਾਂ ਨੂੰ। ਕਿਉਂਕਿ ਕੀ ਲੜ ਜਾਂਦਾ ਇਹਨਾਂ ਨੂੰ, ਉਹ ਖੁੱਲ੍ਹਾ ਦੁੱਧ ਨਹੀਂ ਪਿਆਉਂਦੇ ਬੱਚਿਆਂ ਨੂੰ, ਆਵੇ ਇਹ ਪੀਂਦੇ ਫਜ਼ਲ। ਜਿਹੜਾ ਮੈਂ ਦੁੱਧ ਇੱਥੇ ਦੇ ਕੇ ਜਾਂਦਾ ਪੁੱਤ ਘਰ ਤੂੰ ਪੀਂਦੀਆਂ ਤਾਂ ਚੰਗਾ ਹੁੰਦਾ ਨਾ, ਡਾਕਟਰ ਨੇ ਉਹਨਾਂ ਕੀ ਡਾਕਟਰ ਨੇ ਮੇਰਾ ਹੀ ਮਨਾ ਕਰਤਾ। ਉਹ ਡੱਬੇ ਵਾਲਾ ਪੀਤੀ ਹੈ ਨਾ, ਉਹ ਕੌਣ ਸਾ ਹੈ, ਉਸਕਾ ਕਿਆ ਨਾਮ ਹੈ? ਨੀਡੋ। ਹੁਣ ਦੱਸ, ਉਹ ਨੀਡੋ ਔਰ ਕੈਮੀਕਲ ਵਾਲੇ ਹੁੰਦੇ ਭਾਜੀ, ਖਾਲਸ ਖਾਲਸ ਇਹ ਦੁੱਧ ਹੁੰਦਾ ਵਾ, ਖਾਲਸ ਇਹੀ ਆ ਦੁੱਧ ਜਿਹੜਾ ਅਸੀਂ ਲਿਆਉਂਦੇ। ਨਹੀਂ ਉਹ ਫਜ਼ਰ ਕਾ ਸ਼ੁਰੂ ਤੋਂ ਹੀ ਡਾਕਟਰ ਨੇ ਉਹੀ ਦੁੱਧ ਲਗਾਇਆ ਨਾ। ਕਿੰਨੇ ਸਾਲ ਹੋ ਗਏ ਤੁਸੀਂ ਦੁੱਧ ਪੀਤੀ ਹੋ? 4 ਸਾਲ। 4 ਸਾਲ ਹੋ ਗਏ ਉਹਨੂੰ ਦੁੱਧ ਪੀਂਦੀ ਨੂੰ? ਆਹ ਜਿਹੜਾ ਇਹ ਨਹੀਂ, ਇਹ ਤਾਂ ਚਾਹ ਚੁੱਲੀ ਲਿਆਈ, ਮਹਿਮਾਨ ਆ ਜਾਂਦੇ ਘਰ ਦੇ ਵਿੱਚ। ਯਾਨੀ ਕਿ ਤੁਸੀਂ ਸਾਡਾ ਨੀਡੋ ਸਹੀ ਆ ਅਤੇ ਆਹ ਦੁੱਧ ਜਿਹੜਾ ਅੱਲਾ ਨੇ ਕੁਦਰਤ ਵਾਲਾ ਬਣਾਇਆ ਇਹ ਗਲਤ ਆ। ਉਹ ਕੱਲ੍ਹ ਮਹਿਮਾਨ ਆਏ ਬੇਗਮ ਨੂੰ, ਮੈਂ ਕਿਹਾ ਚਾਹ ਬਣਾ ਅਤੇ ਪਾਣੀ ਨਾ ਪਾਈ, ਕਿਉਂਕਿ ਉਹ ਗੋਗੇ ਨੇ ਪਹਿਲਾਂ ਹੀ ਪਾਇਆ। ਤੁਸੀਂ ਆਹ ਗੱਲ ਕਰਦੇ ਹੋ, ਖੁਦਾ ਨੂੰ ਜਾਣ ਦੇਣੀ ਆ, ਕਵਰ 'ਚ ਨਾ ਇਹ ਅਜ਼ਾਬ ਆ ਜਿਹੜਾ ਪਾਣੀ ਪਾਉਂਦਾ। ਮੈਂ ਨਹੀਂ ਕਦੇ ਤਿਰਤੇ ਨਾ ਬਾਹਰ ਹੀ ਆ ਗਿਆ, ਤੂੰ ਵੇਖਿਆ ਨਹੀਂ ਕਦੀ ਗੌਰ ਨਾ, ਇਹ ਖੁਦਾ ਦਾ ਨੂਰ ਆ, ਇਹਨੂੰ ਸਹੀ ਕਰਕੇ ਵੇਚੋ ਯਾਰ। ਨਹੀਂ ਮੈਂ ਨਾਲ ਹਿਸਾਬ ਹੋਣਾ ਇੱਕ ਇੱਕ ਨਾਲ ਮੰਨਦੇ। ਮੈਂ ਨਹੀਂ ਕਦੀ ਦੁੱਧ 'ਚ ਪਾਣੀ ਪਾਇਆ, ਆ ਮੇਰਾ ਵੱਡਾ ਭਰਾ ਨਹੀਂ ਪੱਪੂ? ਹਾਂ ਹਾਂ ਉਹ ਪਾਉਂਦਾ? ਨਹੀਂ ਨਹੀਂ ਉਹ ਵੀ ਨਹੀਂ ਪਾਉਂਦਾ, ਅਸੀਂ ਸਾਰਾ ਘਰ ਹੀ ਜਿਹੜਾ ਇਮਾਨਦਾਰਾਂ ਦਾ ਵਾ, ਅਸੀਂ ਦੁੱਧ ਵੇਚਦੇ ਹਾਂ ਅਤੇ ਕਹਿ ਕੇ ਆਉਂਦੇ ਹਾਂ ਵੀ ਇਹਦੇ 'ਚ ਨਾ ਤੀਲਾ ਖੜਾ ਕਰ ਲਓ ਜੇ ਡਿੱਗ ਪਏ ਤਾਂ ਸਾਡਾ ਨਾਂ ਵਟਾ ਦਿਓ। ਇਹਦੇ 'ਚ ਕੀ ਗੱਲ, ਗੂੰਦ ਵਾਲਾ ਦੁੱਧ ਆ ਵੀ ਤੀਲਾ ਖੜਾ ਕਰ ਲਓ, ਤੀਲਾ ਤਾਂ ਇੰਜ ਹੋਣਾ ਹੀ ਆ। ਉਹ ਇੰਜ ਹੋਣਾ ਵਾ, ਲੇਕਿਨ ਉਹਦਾ ਮਕਸਦ ਇਹਦਾ ਵੀ ਦੁੱਧ ਨਹੀਂ, ਪਾਣੀ ਪਾਣੀ ਕੌਣ ਪਾ ਰਿਹਾ? ਅੱਲਾ ਜਾਣੇ ਕੌਣ, ਅਸੀਂ ਤਾਂ ਸਾਨੂੰ ਭਾਵੇਂ ਇੱਥੇ ਸੌ ਨਿਆਂ ਦਵਾ ਲਓ, ਅਸੀਂ ਤਾਂ ਪਾਣੀ ਦੇ ਲਾਗੇ ਨਹੀਂ ਜਾਂਦੇ। ਜਾਂ ਜਦੋਂ ਮੱਝ ਨੂੰ ਪਸਮਾਈਦਾ ਇੰਜ ਕਰਕੇ ਪਾਣੀ ਉਹ ਵੀ ਵਿੱਚ ਹੀ ਜਾਂਦਾ? ਨਹੀਂ ਉਹ ਤਾਂ ਐਵੇਂ ਠੰਡ ਧੋਣੇ ਹੁੰਦੇ ਆ, ਹੁਣ ਜ਼ਰੂਰੀ ਆ ਵੀ ਉਹ ਵਿੱਚ ਪਾਣੀ ਦੇ ਬਾਲਟੀ ਥੱਲੇ, ਬਾਲਟੀ ਥੱਲੇ ਹੀ ਹੁੰਦੀ ਆ ਨਾ? ਹਾਂ ਹਾਂ ਉਹ ਥੱਲੇ ਹੁੰਦੀ ਆ ਅਤੇ ਉਹਦਾ ਮਤਲਬ ਅਸੀਂ ਪਾਣੀ ਪਾਉਂਦੇ। ਨਹੀਂ ਵੀ ਸਾਨੂੰ ਅੰਮੀ ਮੇਰੀ ਮੱਖਣ ਕੱਢਦੀ ਆ ਵਿੱਚੋਂ, ਉਹ 3-4 ਦਿਨ ਹੋ ਗਿਆ, ਕਹਿੰਦੀ ਕੱਖ ਵੀ ਨਹੀਂ, ਦੁੱਧ ਕਾਢ ਕਾਢ ਕੇ ਮਰਜੀ ਦਾ ਕੁਛ ਵੀ ਨਹੀਂ ਨਿਕਲ ਰਿਹਾ ਇਹਦੇ 'ਚੋਂ। ਉਹ ਯਾਰ ਇਹਦੇ 'ਚੋਂ ਹੁਣ ਦੁੱਧ 'ਚੋਂ ਕੀ ਤੁਹਾਡਾ ਕੋਈ ਕੀ ਨਿਕਲ ਆਵੇ ਇਹਦੇ 'ਚੋਂ, ਕੀ ਨਿਕਲ ਆਵੇ, ਕੀ ਪੈਸੇ ਨਹੀਂ ਦਿੰਦੇ ਯਾਰ ਤੈਨੂੰ? ਕਿੰਨੇ ਦਾ, ਕਿੰਨੇ ਸਾਲ ਹੋ ਗਏ ਤੇਰੇ ਕੋਲ ਦੁੱਧ ਲੈਂਦੇ ਆ? ਨਹੀਂ ਨਹੀਂ ਇਹ ਤਾਂ ਮਕਸਦ ਇਹ ਤਾਂ ਨਹੀਂ ਨਾ, ਮਤਲਬ 20 ਸਾਲ ਹੋ ਗਿਆ ਤੇਰੇ ਕੋਲ ਦੁੱਧ ਲੈਂਦੇ ਆ, ਤੂੰ ਨਾ ਸਹੀ ਲਿਆ। ਨਹੀਂ ਨਹੀਂ ਮੈਂ ਕੋਸ਼ਿਸ਼ ਕਰਦਾ ਵੀ ਜਿਹੜਾ ਦੁੱਧ ਸਹੀ ਹੋਵੇ ਅਤੇ ਉਹ ਤੁਹਾਨੂੰ ਹੀ ਆ ਕੇ ਪਾਉਂਦੇ ਹਾਂ, ਅਤੇ ਹੁਣ ਤੁਹਾਡੀ ਅਸੀਂ ਹੁਣ ਸ਼ਹਿਰਦਾਰੀ ਆ, ਨਹੀਂ ਤਾਂ ਮੈਂ ਆਪਣੀ ਮੱਝ ਲੈ ਲਵਾਂ ਇੱਥੇ। ਹਾਂ ਮੈਂ ਤੁਹਾਨੂੰ ਹੋਰ ਇੱਕ ਚੈੱਕ ਕਰਾਉਂਦਾ ਦੁੱਧ। ਯਾਰ ਤੂੰ ਮੈਨੂੰ ਚੈੱਕ ਕਰਾਈ ਜਾਂਦਾ ਵੀ, ਮੈਂ ਡਾਕਟਰ ਹਾਂ ਜਾਂ ਲੈਬਾਰਟਰੀ ਹਾਂ, ਮੈਂ ਤੈਨੂੰ ਦੱਸਣਾ ਵੀ ਜੇ ਬਿਲਕੁਲ ਸਹੀ। ਭਾਈ ਤੁਸੀਂ ਆਉਂਦੇ ਆ, ਇਲਜ਼ਾਮ ਨਹੀਂ ਲਾਇਆ ਵੀ ਮੈਂ ਦੁੱਧ ਗਲਤ ਲਿਆਉਂਦਾ। ਕਿਹੜਾ ਤੂੰ ਚੈੱਕ ਕਰਾਉਣਾ, ਇਹ ਕਰਾ ਆ ਕਰਾ ਇਹਦੇ 'ਚੋਂ ਚੈੱਕ ਕਰਾਓ ਨਾ, ਇਹ ਜਿਹੜਾ ਥੱਲੇ। ਨਹੀਂ ਨਹੀਂ ਇਹ ਨਹੀਂ ਤੁਹਾਡੇ ਪੀਣ ਵਾਲਾ, ਮੈਂ ਤੁਹਾਨੂੰ ਕਰਾਉਂਦਾ ਚੈੱਕ। ਉਹ ਯਾਰ ਇਨਸਾਨਾਂ ਨੇ ਹੀ ਪੀਣਾ, ਉਹ ਨਹੀਂ ਮੇਰੇ ਪੀਣ ਵਾਲਾ, ਉਹ ਬਿੱਲੀ ਨੇ ਪੀਣਾ। ਭਾਈ ਆ ਮੈਂ ਤੁਹਾਨੂੰ ਅਮਾਨਕ, ਪਰਸੋਂ ਸਾਡੇ ਬਿੱਲੀ ਦੁੱਧ ਪੀ ਕੇ ਗਏ, ਉਹ ਸਾਡੇ ਲਾਮਾ ਦੇਂਦੇ ਸੀ, ਕਿਹਦੇ ਕੋਲ ਲੈਂਦੇ ਹੋ ਦੁੱਧ? ਤੁਹਾਡੇ 'ਤੇ ਬਿੱਲੀ ਨੇ FIR ਕਟਾਤੀ ਹੈ, ਦੁੱਧ ਚੰਗਾ ਨਹੀਂ ਸੀ। ਉਹ ਜਾਨਵਰ ਨੂੰ ਕੀ ਪਤਾ ਵਾ, ਉਹ ਕਹਿੰਦੀ ਮੈਂ ਸਾਰੀ ਕਹਿੰਦੀ ਵੀ ਬੜਾ ਵੀ ਤੁਹਾਡੇ 'ਤੇ ਬਿੱਲੀ ਕਿਤੇ ਤੁਹਾਡੇ ਨਾਲ ਬੋਲ ਚਾਲ ਆ ਤੁਹਾਡੀ ਬਿੱਲੀ ਦੀ। ਉਹ ਬਿੱਲੀ ਕਹਿੰਦੀ ਮੇਰੇ ਵੀ ਨਿੱਕੇ ਨਿੱਕੇ ਬੱਚੇ ਆ, ਮੈਨੂੰ ਤਾਂ ਕੋਈ ਸਹੀ ਚੀਜ਼ ਦਿਓ। ਉਹ ਕਿਰਾਏਦਾਰ ਰੱਖੀ ਬਿੱਲੀ, 7 ਘਰ 'ਚ ਬਿੱਲੀ ਫਿਰਦੀ ਆ, ਤੂੰ ਕਿੰਨੇ ਘਰ ਫਿਰਦਾ? ਉਹ ਭਾਜੀ ਮੇਰਾ ਤਾਂ ਸਾਰਾ ਮੁਹੱਲਾ ਹੀ ਆ, ਤੁਸੀਂ ਦੁੱਧ ਭਾਜੀ ਚੈੱਕ ਕਰੋ। ਉਹ ਯਾਰ ਮੇਰੇ ਕਿਉਂ ਪਾਈ ਜਾਣਾ ਇੱਥੇ, ਇੱਥੇ ਹੁਣ ਚੀਨੀ ਪੱਤੀ ਵੀ ਪਾ ਦੇ ਨਾ। ਹਾਂਜੀ ਦੱਸੋ ਭਾਜੀ, ਐਵੇਂ ਨਹੀਂ ਗੱਲ ਮੂੰਹੋਂ ਕੱਢ ਦੀ ਦੀ, ਦੁੱਧ ਦੀ ਜਿਹੜੀ ਹੈ ਪਤਲਾ, ਉਹ ਪਤਲਾ ਰੇਤ ਪਾ ਦਾਂ ਇਹਦੇ 'ਚ। ਨਹੀਂ ਵੀਰੇ ਤੂੰ ਦੁੱਧ ਸਹੀ ਨਹੀਂ ਲਿਆਉਂਦਾ, ਤੇਰੀ ਮਿਹਰਬਾਨੀ, ਤੂੰ ਜਾ।
ਭਾਜੀ ਏਦਾਂ ਨਾ ਸਾਡੀ ਮੁਹੱਲੇ 'ਚ ਬਦਨਾਮੀ ਹੁੰਦੀ ਆ, ਤੁਸੀਂ ਮੁਹੱਲੇ ਤੈਨੂੰ ਕੌਂਸਲਰ ਕਹਿੰਦੇ ਸਾਰੇ, ਕੌਂਸਲਰ ਦੀ ਨੀ ਗੱਲ, ਸਾਰੇ ਮੁਹੱਲੇ 'ਚ ਗੋਗਾ ਦੋਧੀ ਸਾਰੇ ਤੇਰੀ ਇੱਜ਼ਤ ਕਰਦੇ ਵੀ ਗੋਗਾ ਦੋਧੀ ਦੇ ਕੇ ਜਾਂਦਾ ਸਹੀ ਦੁੱਧ, ਤੇ ਕਦੀ ਕਿਸੇ ਨੇ ਨਹੀਂ ਸਾਡੇ ਨੂੰ ਸਹੀ ਦਿੰਦਾ, ਨਹੀਂ ਸਹੀ ਤੁਸੀਂ ਨਾ ਤੁਹਾਨੂੰ ਦੁੱਧ ਬਾਰੇ 'ਚ ਨਹੀਂ ਨਾ ਸਾਡਾ, ਹਾਂ ਹਿਸਾਬ ਕਰ ਦਿਓ ਸਰ, ਮੇਰੇ ਕੋਲ ਤੂੰ ਕੰਮ ਕਰਦਾ ਤੇਰਾ ਹਿਸਾਬ ਕਰਦੇ ਆ, ਨਹੀਂ ਨਹੀਂ ਜਿਹੜੇ ਪੈਸੇ ਰਹਿੰਦੇ ਆ ਨਾ ਪਿਛਲੇ ਕਿੰਨੇ ਰਹਿੰਦੇ ਆ, 4 ਹਫ਼ਤਿਆਂ ਦੇ ਪੈਸੇ ਆ ਤੁਹਾਡੇ ਵੱਲ, ਤੁਸੀਂ ਬਾਹਰ ਵੀ ਗਏ ਸੀ ਯੂਕੇ 'ਚ ਗਏ ਸੀ ਅਤੇ ਘਰ ਕੋਈ ਪੈਸਾ ਫੜਾ ਕੇ ਜਾਈਦਾ ਹੁੰਦਾ ਵਾ ਵੀ ਉਹ ਦੇ ਦਿੰਦੇ ਪਿੱਛੇ, ਅੱਗੇ ਵੀ ਤੈਨੂੰ ਮਹੀਨੇ ਬਾਅਦ ਹੀ ਦੇਈਦੇ, ਤੈਨੂੰ ਰੋਜ਼ ਪੈਸੇ ਚਾਹੀਦੇ ਆ, ਆਪ ਤੂੰ ਉੱਥੇ ਤੂੰ ਪਰਚੀ ਦੇਣਾ ਤੈਨੂੰ ਪੈਸੇ ਨਹੀਂ ਮਿਲਦੇ, ਆਪ ਤੂੰ ਆ ਫੇਸਬੁੱਕ 'ਤੇ ਆਏ ਦਿਨ ਫੋਟੋਆਂ ਲਾਈਆਂ ਹੁੰਦੇ, ਕਦੀ ਕਿਤੇ ਖਲੋਤਾਂ ਕਦੀ ਕਿਤੇ, ਤਾਂ ਪੈਸਾ ਘਰ ਦੇ ਜਾਂਦਾ, ਮੇਰਾ ਹਿਸਾਬ ਕਰ ਦਿੰਦੇ, ਆ 4 ਹਫ਼ਤੇ ਦੇ ਪੈਸੇ ਚੜ੍ਹੇ ਤੁਹਾਡੇ ਵੱਲ, ਤੁਸੀਂ ਭਾਈ ਉਹ ਲਿਆਓ ਸਾਰੇ ਲਿਆਓ ਅਤੇ ਤੁਸੀਂ ਦੁੱਧ ਨਾ ਕਿਸੇ ਹੋਰ ਕੋ ਪਵਾ ਲਓ, ਇੱਦਾਂ ਨਹੀਂ ਮੈਨੂੰ ਤੁਹਾਡਾ ਧੌਂਸ ਹੈਗਾ, ਮੇਰਾ ਦੁੱਧ ਵਿਕਦਾ ਖਾਲਸ ਦੁੱਧ, ਕਿੰਨੇ ਪੈਸੇ ਤੇਰੇ, 4400 ਰੁਪਈਆ ਬਣਦਾ ਤੁਹਾਡੇ ਵੱਲ, ਕਾਹਦਾ, ਉਹ ਦੁੱਧ ਦਾ ਹੀ ਬਣਦਾ, ਫਰਨੀਚਰ ਲਿਆ ਔਰ ਤੁਸੀਂ ਮੇਰੇ ਕੋਲ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ, ਪਾਣੀ ਦੇ ਲਹਿਦਾ ਕਰ, ਦੁੱਧ ਦੇ ਲਹਿਦਾ ਕਰ, ਉਹ ਭਾਈ ਦੁੱਧ ਖਾ ਲੈ, 4400 ਬਣਦਾ ਨਾ, ਅੱਧੇ ਲੈ ਲਾ, 2200 ਅੱਧਾ ਪਾਣੀ ਪਾਇਆ ਤੂੰ, ਕਿਹੜੇ ਅੱਧੇ ਲੈ ਲਾਂ ਜੀ ਮੈਂ, ਕੀ ਅੱਧੇ ਕਿੱਦਾਂ ਲੈ ਲਾਂ, ਪਾਣੀ ਨਹੀਂ ਪਾਇਆ ਵਿੱਚ, ਉਹ ਕਿਹੜਾ ਪਾਣੀ ਪਾਤਾ ਮੈਂ, ਕਿਹੜਾ ਦੁੱਧ ਸੋਡਾ ਦੇ ਗਿਆ ਤੈਨੂੰ ਮੈਂ ਪਾਣੀ ਵਾਲਾ, ਮੈਨੂੰ ਕਿਹਾ 10 ਕਿਲੋ ਦੁੱਧ ਹੁੰਦਾ, 10 ਕਿਲੋ ਪਾਣੀ, ਉਹ ਤੇ ਬਰਫ਼ ਹੁੰਦੀ ਆ, ਪਾਣੀ ਥੋੜਾ ਹੁੰਦਾ, ਬਰਫ਼ ਹੁੰਦੀ, ਉਹ ਬਰਫ਼ ਦਾ ਦੁੱਧ ਬਣਦਾ, ਪਾਣੀ ਬਣਦਾ ਯਾਰ, ਉਹ ਤੇ ਪਤਾ ਨਹੀਂ ਕਦੋਂ ਬਣਦਾ ਵਾ, ਅਸੀਂ ਤੇ ਉੱਥੋਂ ਲਿਆਉਂਦੇ ਆ, 4400 ਰੁਪਈਆ ਲਿਆਓ, 2200 ਲਵੋ, 2200 ਕਿਉਂ ਜੀ, 2200 ਕਾਹਦਾ ਲਈਏ, 2200 ਬਰਫ਼ ਤੇ ਵੀ ਖੁਰ ਗਈ ਨਾ, 2200 ਵੀ ਖੁਰ ਗਿਆ, ਨਹੀਂ 2200 ਕਾਹਦਾ ਲਿਆਵਾਂ, ਤੂੰ ਯਤੀਮ ਆ ਤੂੰ, ਤੇਰੇ ਕੋਲ 2200 ਲਵਾਂ, ਤੂੰ ਹਿਸਾਬ ਕਰ ਲੈ, ਲਿਆ ਉਹ 4400 ਰੁਪਈਆ ਦੇ, ਤੇ ਨਾ ਕੱਲ੍ਹ ਤੋਂ ਤੁਹਾਡਾ ਦੁੱਧ ਬੰਦ ਆ, ਇੱਥੇ ਧੱਕੇ ਖਾਂਦੇ ਫਿਰ ਉਹ ਦੁਕਾਨਾਂ ਦਾ ਲਿਓ, ਤੁਹਾਨੂੰ ਪਤਾ ਲੱਗੂ, ਇੱਥੇ ਆਉਂਦਾ ਸਾਡੇ ਸਲੀਮ ਬਰਕੀ ਡਿਹਾਰੀ ਤੋਂ ਦੁੱਧ ਲੈ ਕੇ, ਬੜਾ ਵਧੀਆ ਹੁੰਦਾ ਉਹਦਾ ਦੁੱਧ, ਇੰਝ ਕਰਕੇ ਹੱਥ ਪਾਈਏ ਨਾ, 1.5 ਘੰਟਾ ਹੱਥ ਨੂੰ ਲੱਗਾ ਰਹਿੰਦਾ ਦੁੱਧ, ਕੀ ਉਹ ਸ਼ਰੇਸ਼ ਪਾ ਕੇ ਲਿਆਉਂਦਾ ਵਿੱਚ, ਸ਼ਰੇਸ਼ ਤਾਂ ਤੂੰ ਵੀ ਪਾ ਲਿਆ ਕਰ ਫਿਰ, ਅਸੀਂ ਤਾਂ ਪਾਣੀ ਵਾਲਾ ਦੁੱਧ ਵੇਚੀ ਜਾਂਦੇ, ਉਹ ਕਿਹੜਾ ਪਾਣੀ ਵਾਲਾ ਪਾ, ਸਾਰੇ ਮੁਹੱਲੇ ਨੂੰ ਨਾ ਦੱਸ, ਤੇ ਤੂੰ ਪੈਸੇ ਦੇ 4400 ਰੁਪਈਆ ਦੇ, ਵੀਰੇ ਤੇ 2200 ਰਹਿ, 2200 ਪਾਣੀ ਹੈ, 2200 ਤੈਨੂੰ 2200 ਕਾਹਦਾ ਛੱਡ ਦੇਵਾਂ, ਤੈਨੂੰ ਮੈਂ ਸਲਾਬ ਦਿੱਤਾ ਨਾ, ਤੂੰ ਪਾਣੀ ਵੀ, ਤੂੰ ਮੈਨੂੰ ਕਾਹਦਾ 2200 ਛੱਡਦਾ, ਮੈਂ ਤੈਨੂੰ ਮੈਂ 4400 ਕਾਹਦਾ ਦੇਦਾ, ਐਡਾ ਇਮਾਨਦਾਰ ਹਾਂ ਤੂੰ, ਹਾਂ ਵੀ ਤੈਨੂੰ 2200 ਵੀ ਛੱਡਦਾ, ਬਿਸਤਰੇ ਵੀ ਦੇਦਾ ਘਰੋਂ ਲਿਆ ਕੇ, ਤੁਹਾਡੇ ਸਲਾਬ ਆ ਗਿਆ, ਸਾਰਾ ਕੁਝ ਰੁੜ ਗਿਆ ਤੁਹਾਡਾ, ਨਹੀਂ ਨਹੀਂ ਆ ਭਾਂਡੇ ਹੀ ਨਹੀਂ ਸਹੀ ਹੈਗੇ ਇਹਦੇ ਵਿੱਚ, ਭਾਂਡੇ ਨਹੀਂ ਸਹੀ, ਮੈਂ ਚੀਨੀ ਦੇ ਭਾਂਡਿਆਂ 'ਚ ਲਿਆਵਾਂ, ਡਿਨਰ ਸੈੱਟ 'ਚ ਲਿਆਵਾਂ ਦੁੱਧ, ਤੈਨੂੰ ਫੇਰ ਚੰਗਾ ਲੱਗੂਗਾ, ਇਹੀ ਭਾਂਡੇ ਹੁੰਦੇ, ਨਹੀਂ ਉਹ ਸ਼ੋਪਰ 'ਚੋਂ ਦੁੱਧ ਕੱਢੀ ਦਾ, ਸ਼ੋਪਰ ਐਂ ਜਿਵੇਂ ਕਦੀ ਉਹ 'ਚ ਦੁੱਧ ਪਾਇਆ ਹੀ ਨਹੀਂ, ਐਡਾ ਵੀ ਨਹੀਂ ਹੁੰਦਾ ਵਿੱਚ, ਦੁੱਧ ਤਾਂ ਲੱਗਾ ਹੋਣਾ ਚਾਹੀਦਾ ਨਾ ਥੋੜ੍ਹਾ ਬਹੁਤ, ਦੁੱਧ ਕਿੱਦਾਂ ਲੱਗ ਜਾਵੇ, ਕਿਹੜੀ ਸ਼ੈ ਪਾ ਦੀਏ, ਜਿਹੜੀ ਐਲਫੀ ਪਾ ਦਾਂ ਦੁੱਧ 'ਚ ਜਿਹੜਾ ਨਾਲ ਲੱਗ ਜਾਏ, ਕੁਦਰਤੀ ਦੁੱਧ ਹੁੰਦਾ ਵਾ ਉਹਦੇ 'ਚ, ਮਾੜਾ ਮੋਟਾ ਤਾਂ ਹੁੰਦਾ ਹੀ ਹੈ, ਪਰਸੋਂ ਵੀ ਹਮਕ ਆ ਰਹੀ ਸੀ, ਪੀ ਕੇ ਉਹਨਾਂ ਨਾ ਦੁੱਧ ਰਾਜ, ਤੇਰਾ ਤਾਂ ਦਿਮਾਗ ਹੀ ਮਰਿਆ ਵਾ, ਤੈਨੂੰ ਹਮਕ ਕਿੱਥੋਂ ਆ ਗਈ, ਦਿਮਾਗ ਐਵੇਂ ਮਰਿਆ ਭਾਈ, ਅਸੀਂ ਭਾਈ 2200 ਤੂੰ ਲੈ ਲਈ ਸਾਡੇ ਕੋਲ, ਕਿਹੜਾ ਲੈ ਲਈ ਕਦੋਂ, ਹੁਣ ਦਵੋ 4400, ਅੱਜ ਤੋਂ ਦੁੱਧ ਬੰਦ ਆ ਤੁਹਾਡਾ, ਤੁਸੀਂ ਲਵੋ ਜਿੱਥੋਂ ਲੈਣਾ, ਤੂੰ ਤਾਂ ਐਂ ਜਿਵੇਂ ਦੁੱਧ ਬੰਦ, ਸਾਡਾ ਪਾਣੀ ਬੰਦ ਕਰ ਰਿਹਾ ਤੂੰ, ਅੱਜ ਤੋਂ ਤੁਹਾਡਾ ਪਾਣੀ ਬੰਦ, ਤੂੰ ਪਾਣੀ ਕਿਹਾ ਕਰ, ਦੁੱਧ ਨਾ ਕਿਹਾ ਕਰ, ਪਾਣੀ ਨਾ ਕਹਿ, ਪਾਣੀ ਨਾ ਕਹਿ, ਮੇਰਾ ਭਰਾ ਸਾਰਾ ਮੁਹੱਲਾ ਸੁਣਦਾ ਵਾ, ਇੱਦਾਂ ਹੋਰ ਵੀ ਮੈਂ ਸਾਰੀ ਗਲੀ 'ਚ ਦੁੱਧ ਪਾਉਂਦਾ ਵਾਂ, ਤਾਂ ਇੱਦਾਂ ਹੱਕ ਅੱਲਾ ਨੂੰ ਜਾਣ ਦੇਣੀ ਆ, ਇਮਾਨਦਾਰੀ ਨਾਲ ਕੰਮ ਕਿਉਂ ਨਹੀਂ ਕਰਦਾ ਤੂੰ, ਨਹੀਂ ਇਮਾਨਦਾਰੀ ਨਾਲ ਹੁਣ ਕਰਦਾ ਵਾਂ, ਵੀ ਤੁਸੀਂ ਤੁਸੀਂ ਇਮਾਨਦਾਰੀ ਨਾਲ 4400 ਦਵੋ ਖਾਂ, ਦੁੱਧ ਤੁਸੀਂ ਹੋਰ ਲੈ ਲਓ ਖਰਾ ਕਿਸੇ ਕੋਲ, ਤੂੰ ਮੋਟਰਸਾਈਕਲ 'ਤੇ ਦੁੱਧ ਲਿਆਵੇਂ 'ਚ ਪੈਟਰੋਲ ਦੀ ਸਮੈਲ ਆ ਰਹੀ ਸੀਗੀ, ਉਹ ਪੈਟਰੋਲ ਮੋਟਰਸਾਈਕਲ 'ਚੋਂ ਆਉਂਦੀ ਕਿ ਦੁੱਧ 'ਚੋਂ ਆਉਂਦੀ ਸੀ, ਨਹੀਂ ਤਾਂ ਹੋ ਸਕਦਾ ਤਾਂ ਕਾਰਪੇਟ 'ਚੋਂ ਤੇਲ ਨਿਕਲਦਾ ਸੀ, ਉਹ ਮਾੜਾ ਮਾੜਾ 'ਚ ਆਉਂਦਾ ਸੀ, ਅਤੇ ਉਸੇ ਦਾ ਦੁੱਧ ਵੱਲ ਚਲਾ ਗਿਆ ਹੋਣਾ ਫਿਰ, ਉਹ ਦੁੱਧ ਵੱਲ ਉੱਤੋਂ ਦੀ ਥੱਲੇ ਨੂੰ ਜਾਣਾ ਕਿ ਉੱਤੋਂ ਆਉਣਾ ਦੁੱਧ ਨੇ, ਤਾਂ ਲੈ ਲਈ ਮੇਰੇ ਕੋਲ ਪੈਸੇ ਜਾ ਭਾਈ, ਤੁਸੀਂ ਨਾ ਹੈਲੋ, ਹਾਂ ਲਿਆਓ 4400 ਰੁਪਈਆ ਦਵੋ, ਕਿਉਂ ਅਤੇ ਤੁਸੀਂ ਆਪਣਾ ਨਾ ਹਿਸਾਬ ਬੰਦ, ਦੁੱਧ ਜਿੱਥੋਂ ਮਰਜ਼ੀ ਲਵੋ, ਐਡੇ ਮੈਨੂੰ ਇਮਾਨਦਾਰ ਗਾਹਕ ਵੀ ਨਹੀਂ ਚਾਹੀਦੇ, ਤੁਸੀਂ ਕਹਿੰਦੇ ਭਲੇ ਦੁੱਧ 'ਚ, ਐਡਾ ਬੇਈਮਾਨ ਮੈਨੂੰ ਦੁੱਧ ਵਾਲਾ ਵੀ ਨਹੀਂ ਚਾਹੀਦਾ, ਉਹਨਾਂ ਨੂੰ ਇੰਝ ਵੇਖ ਤਾਂ ਸਹੀ, ਰੱਸੇ ਪਾਏ ਆ ਵੀ ਮੰਨਤ ਦੇ ਆ ਦੁੱਧ, ਜਿਹੜਾ ਰੱਸੇ ਕਾਹਦੇ ਲਈ ਪਾਏ ਇਹਨਾਂ ਨੂੰ, ਕੋਲ ਇਹਨਾਂ ਨੂੰ ਸਾਹ ਘੁੱਟਣਾ ਦੁੱਧ ਦਾ, ਨਹੀਂ ਨਹੀਂ ਖੁੱਲ੍ਹਣਾ ਕਿਉਂ, ਇੱਕ ਦੂਸਰੇ ਨਾਲ ਬੰਨੇ ਆ ਤਾਂ ਕਿ ਖੁੱਲ੍ਹਣ ਨਾ ਰਸਤੇ ਦੇ ਵਿੱਚ,
ਹੁਣ ਤਾਂ ਇਹ ਦੁਨੀਆ ਇੰਨੀ ਤਰੱਕੀ ਕਰ ਗਈ, ਤੂੰ ਅੱਜ ਦਾ ਨਾਗਾ ਪਾਉਣਾ ਵਾ ਜਾਂ ਦੁੱਧ ਪਾਉਣਾ ਵਾ? ਨਹੀਂ ਅੱਜ ਨਾਗਾ ਹੀ ਰਹਿਣ ਦੇ। ਹੈਂਜੀ ਅੱਜ ਮੈਂ ਤੈਨੂੰ ਇੱਥੇ ਲੰਮੇ ਪਾਉਣਾ। ਕਿੱਦਾਂ ਲੰਮੇ ਪਾਉਣਾ ਵਾ? ਅਸੀਂ ਨਾ ਪਿੱਛੇ ਜ਼ਮੀਨ ਭੋਏ ਭਾਂਡੇ ਵਾਲੇ ਹਾਂ, ਜੀ ਵਾਲੇ ਹਾਂ ਅਸੀਂ, ਇਕੱਲਾ ਐਵੇਂ ਨਾ ਸਮਝੀ ਵੀ ਮੈਂ ਮੋਟਰਸਾਈਕਲ 'ਤੇ ਉਹਨਾਂ ਦੇ ਪਿੱਛੇ ਸਾਡੇ ਸਾਈਆਂ ਨੀਗੇ। ਨਹੀਂ ਤੂੰ ਹੋਰ, ਤੂੰ ਪਰਾਡੋ 'ਤੇ ਆ ਜਾ ਕਰ ਭਾਈ। ਲੰਮੇ ਪਾਉਣਾ ਐਡਾ ਤੂੰ ਸੱਲੀ ਟਾਉਣ ਦਾ ਐਸ ਐਚ ਓ ਲੱਗਾ ਨਾ, ਕਿੱਦਾਂ ਸੌਖਾ ਲੰਮੇ ਪਾਉਣਾ। 2200 ਰੁਪਈਆ ਦੇਵਾਂਗਾ, 2200 ਦਾ ਪਾਣੀ। ਕੀ ਗੱਲ? ਜਾਂ ਮੇਰੇ ਕੋਲ ਉਹਨਾਂ ਪਾਣੀ ਲੈ ਲਾ ਜਿੰਨਾ। ਬਹੁਤ ਅੱਛੇ ਵੀ ਪਾਣੀ ਵੀ ਤੂੰ ਨਹਿਰ ਦਾ ਪਾਉਂਦੇ ਆ, ਤੂੰ ਚਲੋ ਨੈਸਲੇ ਦਾ ਪਾਲਾ। ਚਲੋ ਭਾਈ ਨੈਸਲੇ ਦਾ ਮਹਿੰਗਾ ਪੈਂਦਾ। ਨਹੀਂ ਮੇਰਾ ਮਤਲਬ ਆ ਵੀ ਨੈਸਲੇ ਦਾ ਪਾਣੀ ਅਸੀਂ ਕਿਉਂ ਪਾਉਣਾ ਵਾ? ਅਸੀਂ ਬਰਫ਼ ਮਾਸਾ ਪਾਉਂਦੇ ਹਾਂ ਤਾਂ ਕਿ ਠੰਡਾ ਰਹੇ। ਕੁੱਤੀ ਨੈਸਲੇ ਦੇ ਆ ਨਾ, ਪਾਣੀ ਪਾਇਆ ਕਰ ਵਿੱਚ। ਯਾਰ ਤੁਸੀਂ ਜ਼ਿਆਦਾ ਵੱਧ ਰਹੇ ਹੋ, ਵੱਧ ਕੇ ਤੁਸੀਂ 4400 ਰੁਪਈਆ ਦਿਓ ਰਹੇ ਹੋ। ਪਿੱਛੋਂ ਬਿਜਲੀ ਨਾ ਪਵਾ ਲਈ, ਤੈਨੂੰ ਪਤਾ ਦੋ ਨੰਬਰ ਕਮਾ ਕਰਨ ਵਾਲੇ ਨੂੰ ਬਿਜਲੀ ਪੈਂਦੀ ਆ। ਧੱਕੇ ਨਹੀਂ ਮਾਰੀ ਦੇ ਤਾਂ ਤੂੰ ਆਰਾਮ ਨਾਲ। ਮੈਂ ਤਾਂ ਤੈਨੂੰ ਬਚਾਇਆ, ਮੀਟਰ ਆ ਪਿੱਛੇ ਵੀ ਰਹੇ। ਲਿਆਓ 4400 ਰੁਪਈਆ ਦਵੋ ਤੇ ਅੱਜ ਤੋਂ ਦੋ ਅੱਜ ਤੋਂ ਬਾਅਦ ਫਿਰ ਕਸਮ ਖਾ ਮੈਂ ਪਾਣੀ ਨਹੀਂ ਪਾਵਾਂਗਾ। ਉਹ ਪਾਣੀ ਮੈਂ ਕਿ ਮੇਰੇ ਮੂੰਹੋਂ ਸੁਣਿਆ ਪਾਣੀ, ਮੈਂ ਕਹਿੰਦਾ ਮੇਰੇ ਕੰਨ 'ਚ ਕਹਿ ਦੇ ਮੈਂ ਨਹੀਂ। ਉਹ ਕੰਨ 'ਚ ਤੇਰੇ ਕਿਉਂ ਕਹਿੰਦਾ? ਐਡਾ ਅੱਬਾ ਤੂੰ ਮੇਰਾ, ਤੇਰੇ ਕੰਨ 'ਚ ਦੱਸਦਾ ਵੀ ਆਹ ਮੇਰੇ ਕੋਲ ਗਲਤੀ ਹੋਈ ਆ। ਚੱਲ ਬਰਫ਼ ਚੱਲ ਬੱਚੇ ਦੀ ਕਸਮ ਖਾ ਕਹਿ ਦੇ ਮੈਂ ਨਹੀਂ ਪਾਉਂਦਾ ਪਾਣੀ। ਉਹ ਮੈਂ ਮਾਸੂਮ ਬੱਚੇ ਦੀ ਕਸਮ ਕਿਉਂ ਖਾਵਾਂ? ਤੇ ਫਿਰ ਤੂੰ ਪਾਉਂਦਾ ਹੈ ਨਾ? ਉਹ ਪਾਣੀ ਨਹੀਂ ਪਾਉਂਦੇ ਭਾਈ, ਬਰਫ਼ ਪਾਉਂਦੇ ਆ। ਗੈਸ ਬਰਫ਼ 'ਚ ਵੀ ਪਾਣੀ ਬਣਦਾ, ਬਰਫ਼ ਦਾ ਕੀ ਹੈ? 200 ਬਣਦਾ ਬਰਫ਼ ਕੀ ਹੈ? ਅਤੇ ਠੰਡਾ ਨਾ ਰੱਖੀਏ, ਦੁੱਧ ਸਾਰਾ ਖਰਾਬ ਕਰ ਲਈਏ ਜਿੱਥੋਂ ਮੈਂ ਆਉਂਦਾ। ਠੰਡਾ ਰੱਖਣਾ, ਦੁੱਧ ਨੂੰ ਗਸ਼ ਪੈ ਜਾਂਦੀ ਹੈ। ਹੁਣ ਤਾਂ ਮੌਸਮ ਵੀ ਬਹੁਤ ਵਧੀਆ। ਉਹ ਹੁਣ ਦੀ ਗੱਲ ਨਹੀਂ, ਮੈਂ ਪਿਛਲੇ ਦਿਨਾਂ ਦੀ ਵੀ ਗੱਲ ਕਰਦਾ, ਜਦੋਂ ਮਹੀਨਾ ਮਰਿਆ ਰਿਹਾ ਬਾਹਰ ਤੋਂ, ਉਦੋਂ ਬਹੁਤ ਹੀ ਗਰਮੀ ਸੀ ਅਤੇ ਮੈਂ ਲਿਆਉਂਦਾ ਸੀ ਦੁੱਧ, ਦੇ ਕੇ ਜਾਂਦਾ ਸੀ। ਪਤਾ ਨਹੀਂ ਕਿੱਥੇ ਮੱਝਾਂ ਨੂੰ ਛੱਪੜ 'ਚ ਵਾੜ ਛੱਡਦਾ, ਵਿੱਚੋਂ ਡੱਡੂ ਨਿਕਲ। ਛੱਪੜ 'ਚ ਵਾੜੀ ਦੀਆਂ ਮੱਝਾਂ, ਹੁਣ ਸਵੀਮਿੰਗ ਪੂਲ ਬਣਾਉਣਾ ਲੈਦਾ ਮੱਝਾਂ ਲਈ। 4400 ਰੁਪਈਆ ਦਿਓ ਅਤੇ ਅੱਜ ਤੋਂ ਤੁਹਾਡਾ ਦੁੱਧ ਬੰਦ ਆ। ਉਹ ਯਾਰ ਤੂੰ ਤਾਂ ਇੰਝ ਕਰਨ ਦਿਆ ਵੀ ਬਰਾਦਰੀ 'ਚ ਤੁਹਾਡਾ ਹੁੱਕਾ ਪਾਣੀ ਬੰਦ ਆ, ਤੁਹਾਡੇ ਨਾਲ ਖਾਣਾ ਪੀਣਾ ਬੰਦ ਆ, ਤੁਹਾਡਾ ਬੂਹਾ ਬੰਦ ਆ, ਗਲੀ ਬੰਦ ਆ, ਤੂੰ ਤਾਂ ਇੰਝ ਦੁੱਧ ਬੰਦ ਕਰਨ ਦੇ ਵੀ ਦੁੱਧ ਨਹੀਂ ਲੱਭੂ ਸਾਨੂੰ ਕਿਤੋਂ? ਭਾਈ ਤੈਨੂੰ ਨਹੀਂ ਨਾ ਵਾਰੇ 'ਚ, ਨਹੀਂ ਸਾਡਾ 4400 ਰੁਪਈਆ ਦੇ, ਤੇਰਾ ਦੁੱਧ ਬੰਦ ਆ। ਉਹ ਯਾਰ ਤੂੰ ਮੇਰਾ ਹੀ ਦੁੱਧ ਬੰਦ ਕਰੀ ਜਾਂਦਾ ਯਾਰ, ਤੂੰ ਮੈਨੂੰ ਇੰਝ ਕਿਤੋਂ ਐਸ ਐਚ ਓ ਵੀ ਇਹਨੂੰ ਬੰਦ ਕਰ ਦਿਓ। ਚੱਲ ਆ ਮੈਂ ਤੈਨੂੰ ਚਾਹ ਪਿਆਵਾਂ ਤੇਰੇ ਦੁੱਧ ਦੀ। ਨਹੀਂ ਅਸੀਂ ਨਹੀਂ ਪੀਂਦੇ ਆਪਣੇ ਦੁੱਧ ਦੀ ਚਾਹ। ਹਾਂ ਵੇਖਿਆ, ਮੰਨ ਗਿਆ। ਮੈਂ ਕਿਹਾ ਵੀ ਦੁੱਧ ਪੀਂਦੇ ਹਾਂ ਅਸੀਂ, ਗੱਲ ਨੂੰ ਸਮਝੀਦਾ ਵੀ ਤੂੰ ਫੌਰੀ ਲੈ ਕੇ ਤੁਰ ਪੈਂਦਾ। ਹਨੀਫ ਦਾ ਮੁੰਡਾ ਕਹਿੰਦਾ ਤੂੰ ਉੱਥੇ ਮੋਟਰਸਾਈਕਲ ਧੋ ਰਿਹਾ ਸੀਗਾ, ਪਹੀਏ ਪੁਹੀਏ ਦੇ ਨਾਲ ਇੱਧਰ ਉੱਧਰ ਵੇਖ ਕੇ ਵਿੱਚ ਪਾਣੀ ਵੀ ਪਾ ਲਿਆ ਸੀ। ਉਹ ਇੱਧਰ ਉੱਧਰ ਮੈਂ ਕਿਉਂ ਵੇਖਣਾ ਜਦੋਂ ਖਾਲੀ ਭਾਂਡੇ ਧੋਣੇ ਆ? ਇਹ ਪਾਣੀ ਪਾਉਣ ਵਾਲਾ ਕਿਹੜਾ ਕੋਈ ਐਡਾ ਕੋਈ ਜੁਰਮ ਆ? ਕੋਈ ਭਾਂਡੇ ਕਾਹਦੇ ਲਈ ਧੋਣਾ? ਕੋਈ ਇਹਦੇ 'ਚ ਚਨੇ ਪਾਏ ਹੁੰਦੇ ਆ, ਤੂੰ ਜਾ ਕੇ ਧੋਣਾ ਹੈ? ਉਹ ਧੋਈ ਦੇ, ਘਰ ਜਾ ਕੇ ਧੋਣਾ। ਉਹ ਰਾਹ 'ਚ ਨਹਿਰ ਪੈਂਦੀ ਆ, ਜਾਣ ਲੱਗਿਆ ਧੋਈ ਦੇ, ਤੂੰ ਆਉਂਦਿਆਂ ਕਿ ਧੋਣਾ? ਉਹ ਆਉਂਦਿਆਂ ਤੂੰ ਮਿੱਟੀ ਘੱਟਾ ਥੋੜ੍ਹਾ ਹੁੰਦਾ, ਮੈਂ ਕਹਿੰਦਾ ਵੀ ਚਲੋ ਸਾਫ਼ ਸੁਥਰਾ ਭਾਂਡਾ ਚੰਗਾ ਲੱਗਦਾ। ਮਿੱਟੀ ਘੱਟਾ ਦੇਖ ਨਾ, ਮਾਸ਼ਾਅੱਲਾ ਤੂੰ ਮੋਲਡਿੰਗ ਕਰਨਾ ਇਹਨਾਂ ਗਲੀਆਂ 'ਚ। ਚੱਲ ਠੀਕ ਆ, 4400 ਰੁਪਈਆ ਦਵੋ ਅਤੇ ਅੱਜ ਤੋਂ ਦੁੱਧ ਬੰਦ ਆ ਤੁਹਾਡਾ। ਉਹ ਯਾਰ ਤੂੰ ਕਰਦੇ ਬੰਦ ਯਾਰ, ਵੇਖ ਲਵਾਂਗਾ ਮੈਂ, ਮਰ ਜਾਵਾਂਗਾ ਦੁੱਧ ਤੋਂ ਬਗੈਰ। ਮੈਂ ਤਾਂ ਅੱਗੇ ਬੱਚਿਆਂ ਨੂੰ ਡੱਬੇ ਦੇ ਪਿਆ ਰਿਹਾ। ਨਹੀਂ ਤਾਂ ਅੱਜ ਦਾ ਵੀ ਨਾਗਾ ਫਿਰ ਨਾਗਾ। ਹਾਂ ਮੈਂ ਤੈਨੂੰ ਰਾਹ, ਮੈਂ ਤੈਨੂੰ ਰਾਹ, ਤੈਨੂੰ ਮੈਂ ਕੀ ਆ, ਤੈਨੂੰ ਮੈਂ ਦੁੱਧ ਚੈੱਕ ਕਰਾਉਣਾ। ਉਹ ਯਾਰ ਮੈਨੂੰ ਨਾ ਕਰਾ, ਤੇਰੀ ਮਿਹਰਬਾਨੀ। ਕਿਉਂ ਕੀ ਗੱਲ? ਤੂੰ ਮੈਨੂੰ ਵੇਖ ਕਿੰਨੀਆਂ ਡਰਮੀਆਂ 'ਚੋਂ ਚੈੱਕ ਕਰਾ ਦਿੱਤਾ। ਤੈਨੂੰ ਮੈਂ ਦੱਸਾਂ ਵੀ ਇਹ ਇਹ ਕਰ ਹੱਥ ਕਰ। ਕੀ ਕੰਮ? ਉਹ ਮੈਂ ਮੰਗਣਾ ਤੇਰੇ ਕੋਲੋਂ ਦੁੱਧ, ਹੱਥ ਕਰ। ਉਹ ਚੈੱਕ ਨਹੀਂ ਉਹ ਕਰਨਾ ਲਿਆ। ਹਾਂ ਦੱਸ, ਕੋਈ ਪੂਰੇ ਲਾਹੌਰ ਦੇ ਵਿੱਚ ਇੰਝ ਦਾ ਕੋਈ ਦੁੱਧ ਹੈਗਾ? ਨਹੀਂ ਨਹੀਂ, ਕਿਰਕ ਵਾਲਾ ਕਿਤੇ ਵੀ ਨਹੀਂ ਹੈਗਾ। ਹੈਂ ਕਿਰਕ ਵਾਲਾ? ਉਹ ਕਿਹੜੀ ਕਿਰਕ ਆ ਗਈ? ਕਿਰਚ ਕਿਰਚ ਹੋ ਰਿਹਾ, ਕਿਰਚ ਕਿਰਚ ਨਹੀਂ ਹੁੰਦਾ, ਚੁਆਵੇਂ ਦਾ ਦੁੱਧ ਮਾੜਾ ਜਿਹਾ ਮਿੱਠਾ ਹੁੰਦਾ ਵਾ, ਸਮਝਦਾ? ਮਿੱਠਾ ਕਿਹੜਾ, ਮੱਝ ਕੀ ਲੋਲੀਪੋਪ ਖਾਂਦੀ ਹੈ? ਦੁੱਧ ਮਿੱਠਾ ਤੇਰਾ? ਉਹ ਚੋਕਲੇਟ ਦੇ ਨਾ ਤੂੰ, ਮਿੱਠਾ ਹੁੰਦਾ ਬਾਹੂ ਦੁੱਧ ਜਿਹੜਾ ਚੁਆਵਾਂ ਹੁੰਦਾ ਨਾ, ਉਹਦੇ 'ਚ ਮਿਠਾਸ ਹੁੰਦੀ ਹੈ। ਮੱਝਾਂ ਨੂੰ ਖਵਾਇਆ ਕਰ ਮੁਰੱਬਾ, ਅੱਛੀਆਂ ਚੀਜ਼ਾਂ ਲੂਸਨ, ਅਤੇ ਉਹਨਾਂ ਨੂੰ ਚਾਰਾ ਚੰਗਾ ਦੇਵੇਗਾ ਅਤੇ ਸਹੀ ਦੁੱਧ ਦੇਣਗੀਆਂ। ਕਿਹੜੀਆਂ ਮਸਲਨ? ਮੈਂ ਸਹੀ ਮੈਂ ਵਾਲਦ ਵਾਲਿਆਂ ਦੀ ਫੀਸਟ ਖਵਾਵਾਂ ਮੱਝਾਂ ਨੂੰ?
ਜਾਂ ਕੌਣ ਖਵਾਵਾਂ ਇਹਨੂੰ? ਤੂੰ ਮੱਝਾਂ ਛੱਡ ਦਿੰਦਾ ਸਾਰਾ ਦਿਨ, ਉਹ ਚਰਦੀਆਂ ਰਹਿੰਦੀਆਂ ਇੱਧਰ ਉੱਧਰ, ਚਰਦੀਆਂ ਆ ਭਾਈ ਪਿੰਡਾਂ ਥਾਵਾਂ ਤੇ ਇੰਜੀ ਮੱਝਾਂ ਚਾਰ ਚੁਰ ਕੇ ਆਉਂਦੇ ਨਹੀਂ ਦੇਖੋ, ਅਗਰ ਦੇਖੋ ਮੱਝ ਕੋਲੋਂ ਅੱਛਾ ਦੁੱਧ ਲੈਣਾ ਤੇ ਉਹਨੂੰ ਅੱਛਾ ਖਾਣਾ ਵੀ ਚਾਰਾ ਦੇਣਾ ਭਾਈ, ਖਲ ਬਣੋਲਾ ਪਾਉਂਦੇ ਆ, ਤੂੜੀ ਪਾਉਂਦੇ ਆ, ਜੋ ਹੋਰ ਹੋਰ ਉਹਨੂੰ ਕੀ ਪਾ ਦਈਏ? ਤੇਰਾ ਬਾਜੀ ਤੈਨੂੰ ਰੋਟੀ ਦੇ ਦੇਵੇ, ਸਾਲਣ ਨਾ ਦੇਵੇ ਤੇਰੇ ਤੇ ਕੀ ਬੀਤੇ ਦੱਸ ਮੈਨੂੰ ਦੱਸ। ਓ ਹੈਲੋ, ਕਾਮਨਾ ਕਾਮਨਾ, ਹੱਥ ਚਲਾਕੀ ਨਾ ਕਰ। ਚਲਾਕੀ ਕੀ ਆ? 4400 ਰੁਪਈਆ ਦੇ ਤੇ ਤੁਹਾਡਾ ਦੁੱਧ ਬੰਦ ਹੀ ਅੱਜ ਤੋਂ। ਯਾਰ ਤੂੰ ਪਹਿਲੇ ਦੁੱਧ ਬੰਦ ਕਰ ਦੇ ਭਾਈ, ਸਮਝਦਾ ਨਾ? ਮੈਂ ਤੇਰਾ ਗਲੀ 'ਚ ਆਉਣਾ ਬੰਦ ਕਰ ਦਿਆਂਗਾ। ਉਹ ਕੌਣ ਕਰੂਗਾ ਗਲੀ 'ਚ ਬੰਦ? ਦੂਸਰਿਆਂ ਘਰਾਂ ਨੂੰ ਦੁੱਧ ਨਹੀਂ ਬੰਦ? ਦੂਜਿਆਂ ਨੂੰ ਦੇ। ਕਿਉਂ ਦੇ? ਜਿੰਨਾ ਮਰਜ਼ੀ, ਮੈਂ ਸਭ ਬੂਹੇ ਖੜਕਾ ਕੇ ਦੱਸਾਂਗਾ ਪਾਣੀ ਪਾਉਂਦਾ। ਕੋ ਅਕਲ ਕਰੀਦੀ ਆ, ਜਦੋਂ ਤੇਰਾ ਮੇਰਾ ਵਿਹਾਰ ਨਹੀਂ ਨਾ ਬਣਿਆ, ਤੂੰ 4400 ਰੁਪਈਆ ਦੇ ਤੇ ਗੱਲ ਮੁਕਾ। 4400 ਰੁਪਈਆ ਮੈਂ ਤੈਨੂੰ ਹੁਣੇ ਲਿਆ ਕੇ ਦਿੰਦਾ, ਤੇਰੇ ਮੂੰਹ ਤੇ ਨਾ ਮਾਰਾ 4400। ਮੂੰਹ ਤੇ ਕਿਉਂ ਮਾਰਨਾ ਵਾ? ਅੱਲਾ ਵਾਸਤੇ ਲੈਣਾ ਮੈਂ? ਮੂੰਹ ਤੇ ਕਿਸ ਸਿਲਸਿਲੇ 'ਚ ਮਾਰਨਾ? 4400 ਤੇਰੇ ਮੂੰਹ ਤੇ ਮਾਰਾਂਗਾ ਮੈਂ, ਇੱਦਾਂ ਨਹੀਂ ਕਰੀਦਾ ਹੁੰਦਾ। ਤੇਰਾ ਇੱਕ ਚੂਲੀ ਨਾ ਪੇਟ ਖਰਾਬ ਹੋ ਜਾਣਾ। ਚੱਲ ਆ ਫਜਰ, ਫਜਰ ਇਹਨਾਂ ਕੋਲ ਦੁੱਧ ਲੈਣਾ ਜਾਂ ਨਹੀਂ ਦੱਸੋ? ਬੱਚੀ ਕਹਿ ਰਹੀ, ਬੱਚੇ ਤੇ ਬਣ ਕੇ ਯਾਰ, ਜਦੋਂ ਡੱਬੇ ਦੁੱਧ ਪੀਣਾ ਬੱਚਿਆਂ ਨੇ ਤੇ ਉਹਨਾਂ ਨੇ ਇਹਦਾ ਨਾ ਹੀ ਕਰਨੀ ਆ। ਨਹੀਂ ਉਹ ਫੀਡਰ ਪੀਂਦੀ ਅਜੇ ਵੀ, ਹਨਾ ਫਜਰ? ਇਹ ਦੁੱਧ ਨਹੀਂ ਨਾ ਅੱਛਾ, ਡੱਬੇ ਦਾ ਦੁੱਧ ਅੱਛਾ, ਗੋਗੇ ਦਾ ਦੁੱਧ। ਚਲੋ ਲਿਆਓ 4400 ਰੁਪਈਆ, ਜੇ ਨਹੀਂ ਨਾ ਤੁਹਾਡਾ ਬੰਦ ਦਾ ਦੁੱਧ ਅੱਜ ਤੋਂ। ਕਿਹਾ ਅੰਕਲ, ਹਮ ਪਰਸੋਂ ਦੇ ਦੇਵੇਂਗੇ ਪੈਸੇ। ਉਹ ਪਰਸੋਂ ਪੈਸੇ ਜੋੜ ਕੇ ਦੇਣੇ ਆ, ਹੁਣੇ ਦੇਵੋ। ਹੈਂ, ਚਲੋ ਲੈ ਲਓ, ਕੱਲ੍ਹ ਕੱਲ੍ਹ ਆਏਗਾ ਨਾ ਦੁੱਧ ਪਾਉਣ? ਨਹੀਂ, ਮੈਂ ਬੰਦ ਦਾ ਦੁੱਧ ਤੁਹਾਡਾ ਨਹੀਂ, ਬਾਕੀ ਘਰਾਂ 'ਚ ਨਹੀਂ ਆਉਣਾ? ਆ ਜਾਵਾਂਗਾ ਯਾਰ, ਬਾਕੀ ਘਰਾਂ 'ਚ ਮੈਂ ਆਵਾਂ ਨਾ ਆਵਾਂ, ਤੈਨੂੰ ਉਹਦਾ ਦਾ ਕੋਈ ਨਹੀਂ। ਤੁਸੀਂ 4400 ਰੁਪਈਆ ਦੇਵੋ ਅਤੇ ਤੁਸੀਂ ਦੁੱਧ ਕਿਸੇ ਕੋਲੋਂ ਪਵਾ ਲਓ। ਭਾਈ ਤੂੰ ਮੇਰੇ ਕੋਲੋਂ ਜੋ ਹਿਸਾਬ ਮੰਗਣ ਦਿਆਂ ਆਪਣਾ, ਉੱਤੇ ਤੇਰਾ ਹਿਸਾਬ ਨਹੀਂ ਹੋਣਾ। ਦੋ ਮੰਜ਼ਿਲਾਂ ਤੇ ਹਿਸਾਬ ਹੋਣਾ, ਮਰਨ ਤੋਂ ਬਾਅਦ ਹਿਸਾਬ ਨਹੀਂ ਹੋਣਾ? ਅੱਛਾ, ਮਰਨ ਤੋਂ ਬਾਅਦ ਮਾਨ ਆ, ਅਸੀਂ ਇਮਾਨ ਨਹੀਂ ਸਾਡਾ? ਆਹੋ, ਮਾਨ ਇੱਕ ਨੰਬਰ ਚੀਜ਼ ਦੇਗਾ ਤੇ ਉੱਤੇ ਤੇਰਾ ਹਿਸਾਬ ਸਹੀ ਹੋਏਗਾ। ਆਹੋ, ਨਹੀਂ ਉਹ ਤੇ ਹੋਣਾ ਹੀ ਆ। ਆਹੋ, ਤੇ ਤੂੰ ਇੱਥੇ ਹੀ ਕਰਨ ਦਿਆ ਮੇਰੇ ਨਾਲ? ਭਾਈ ਮੈਂ ਮਾੜੀ ਮੋਟੀ, ਜੇ ਤੁਹਾਨੂੰ ਕੋਈ ਐਲੀਗੇਸ਼ਨ ਆ ਨਾ ਇਹਦਾ, ਐਲੀਗੇਸ਼ਨ ਬੜਿਆ ਵਾ ਮੈਂ, ਮਾਸ਼ਾਅੱਲਾ ਠੀਕ ਆ, ਤੇ ਤੁਹਾਨੂੰ ਇਹ ਮਸਲਾ ਵਾ ਨਾ ਵੀ ਇਹਦੇ 'ਚ ਕੋਈ ਪਾਣੀ, ਬਰਫ਼ ਪਾਣੀ ਨਹੀਂ ਮੈਂ ਪਾਉਂਦਾ, ਬਰਫ਼ ਪਾਉਂਦੇ ਆ ਉਹ ਵੀ ਨਹੀਂ। ਮੈਂ ਅੱਜ ਤੋਂ ਬਾਅਦ ਕਸਮੀਆਂ ਗੱਲ ਆ ਵੀ ਮੈਂ ਬਰਫ਼ ਵੀ ਨਹੀਂ ਪਾਊਂਗਾ, ਤੁਹਾਨੂੰ ਪਿਓਰ ਦੁੱਧ ਲਿਆ ਕੇ ਦਊਂਗਾ। ਇਹ ਹੋਈ ਨਾ ਗੱਲ, ਭਾਵੇਂ ਖਰਾਬ ਹੋ ਜੇ ਹੁੰਦਾ। ਖਰਾਬ ਕਾਹਦੇ ਲਈ ਹੋ ਜਾਂਦਾ ਯਾਰ? ਰਸਤੇ 'ਚ ਗੈਸ ਹੋ ਜਾਂਦੀ ਆ, ਦੁੱਧ ਦਾ ਮਸਲਾ ਬਣ ਜਾਂਦਾ। ਰਸਤੇ 'ਚ ਕਾਹਦੀ ਗੈਸ ਹੋ ਜਾਂਦੀ ਆ? ਕਿ ਤੂੰ ਉਹਨੂੰ ਕੋਈ ਇਹੋ ਜਿਹੀ ਗੱਲ ਕਰਦਾ ਦੁੱਧ ਨੂੰ ਗੈਸ ਹੋ ਜਾਂਦੀ ਹੈ? ਗੁਬਾਰ ਹੋ ਜਾਂਦਾ ਵਾ, ਬੰਦ ਦੁੱਧ ਹੁੰਦਾ, ਸੇਕ ਨਾਲ ਨਾ ਬਾਲ ਚੜ੍ਹ ਜਾਂਦਾ ਵਾ, ਉਹ ਫਿਰ ਬਰਫ਼ ਨਾਲ ਠੰਡਾ ਰਹਿੰਦਾ ਵਾ। ਉਹ ਵੀ ਨਹੀਂ ਪਾਉਂਦੇ ਭਾਈ, ਉਹ ਵੀ ਨਹੀਂ ਪਾਉਂਦੇ। ਤੂੰ ਸਾਡਾ ਭਾਂਡਾ ਹੀ ਲੈਦਾ ਲਿਆ ਇੱਧਰ ਆ, ਮੈਂ ਤੈਨੂੰ ਇੱਕ ਦੁੱਧ ਚੈੱਕ ਕਰਾਂ। ਉਹ ਯਾਰ ਜਾ, ਮੈਂ ਨਹੀਂ ਕਰਦਾ ਚੈੱਕ ਭਾਈ, ਦੁੱਧ ਇੱਧਰ ਆ, ਮੈਂ ਤੈਨੂੰ ਚੈੱਕ ਕਰਾਵਾਂ। ਤੂੰ ਜੋ ਸਾਰੇ ਮੁਹੱਲੇ ਦੇ ਸਾਹਮਣੇ ਕਹਿਣ ਡਿਆ ਵਾ ਵੀ ਤੂੰ ਇੱਥੇ ਖਲੋ, ਮੈਂ ਤੈਨੂੰ 4400 ਰੁਪਈਆ ਲਿਆ ਕੇ ਦੇਣਾ। ਨਹੀਂ ਨਹੀਂ, 4400 ਜਦੋਂ ਤੇਰੇ ਨਾਲ ਗੱਲ ਹੋ ਗਈ ਆ, 4400 ਰੁਪਈਆ ਕਿਉਂ? ਨਹੀਂ ਨਹੀਂ, ਮੈਨੂੰ ਚਾਹੀਦਾ ਹੀ ਨਹੀਂ। ਹੈਲੋ, ਅੱਜ ਤੋਂ ਬਾਅਦ ਤੇਰਾ ਦੁੱਧ ਬੰਦ ਭਾ। ਹੈਲੋ, ਨਹੀਂ ਵੀਰੇ, ਉਹ ਮੇਰੀ ਗੱਲ ਸੁਣ, ਮੈਂ 4400 ਹੁਣੇ ਲਿਆ ਕੇ ਦੇਣਾ ਤੇ ਮੈਂ ਤੇਰੇ ਮੂੰਹ ਤੇ ਮਾਰਾਂਗਾ 4400। ਮੂੰਹ ਤੇ ਹੈਲੋ, ਉਹ ਭਾਈ ਪੈਸੇ ਤੇ ਦਵੋ। ਹਾਂਜੀ, ਪੈਸੇ ਘਰ ਕੋਈ ਨਹੀਂ? ਹੈਂ,